ਮੰਤਰੀ ਹਰਪਾਲ ਚੀਮਾ ਇਸ ਵਕਤ ਸਾਡੇ ਨਾਲ ਨੇ। ਚੀਮਾ ਸਾਹਿਬ, ਜਲੰਧਰ ਦੇ ਵਿੱਚ ਬਾਈਪੋਲ ਦੇ ਵਿੱਚ ਵੱਡੀ ਜਿੱਤ ਪਾਰਟੀ ਦੀ, ਇਸਦੇ ਮਾਇਨੇ ਕੀ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਲੰਧਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾਗਾ ਕਿ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਪਿਆਰ ਸਤਿਕਾਰ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਾਈਆਂ ਨੇਗੀਆਂ। ਸੋ ਇਹ ਤੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਪਿਛਲੇ 2 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਲਗਾਤਾਰ ਕੰਮ ਕਰ ਰਹੀ ਹੈ। ਜੋ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ 2 ਸਾਲ ਪਹਿਲਾਂ 2022 'ਚ ਚੰਡੀਗੜ੍ਹ 'ਚ ਪੰਜਾਬ ਜਾ ਕੇ ਲੋਕਾਂ ਨੂੰ ਦਿੱਤੀਆਂ ਸੀਗੀਆਂ, ਉਹ ਗਰੰਟੀਆਂ ਅਸੀਂ ਕੀ ਕਰਕੇ ਪੂਰੀਆਂ ਕਰ ਰਹੇ ਹਾਂ। ਇਹੀ ਕਾਰਨ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆ ਅੱਜ ਵੱਡੀ ਜਿੱਤ ਹੋਈ ਆ। 2022 'ਚ ਵੀ ਸੀਟ ਸਾਡੇ ਕੋਲ ਸੀ, 2022 'ਚ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਜਿੱਤਿਆ ਸੀਗਾ। ਉਹ ਵਿਧਾਇਕ ਸਾਨੂੰ ਧੋਖਾ ਦੇ ਗਿਆ, ਦਗਾ ਦੇ ਗਿਆ, ਪਾਰਟੀ ਦੀ ਪਿੱਠ ਚੁਰਾ ਮਾਰ ਗਿਆ, ਜਲੰਧਰ ਵੈਸਟ ਦੇ ਲੋਕਾਂ ਦੀ ਪਿੱਠ ਚੁਰਾ ਮਾਰ ਗਿਆ। ਅੱਜ ਉਹਨੂੰ ਵੀ ਸਬਕ ਸਿਖਾਇਆ ਗਿਆ। ਔਰ ਦੂਜਾ, ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਾਈ ਆ। ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਰਕਾਰ ਕੌਨਫੀਡੈਂਟ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਨੂੰ ਖੁਦ ਉੱਥੇ ਬਹਿਣਾ ਪਿਆ। ਦੇਖੋ, ਆਪੋਜੀਸ਼ਨ ਨੂੰ ਨਕਾਰਤਾ, ਆਪੋਜੀਸ਼ਨ ਨੂੰ ਬੁਰੀ ਤਰ੍ਹਾਂ ਰੱਦ ਕਰਤਾ ਲੋਕਾਂ ਨੇ, ਆਪੋਜੀਸ਼ਨ ਨੂੰ ਆਈਨਾ ਦਿਖਾਤਾ ਕਿ ਇਹ ਪੰਜਾਬ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਆ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਆ, ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਆ। ਔਰ ਵਿਰੋਧੀ ਜਿਹੜਾ ਮਰਜ਼ੀ ਝੂਠ ਬੋਲੀ ਜਾਣ, ਅੱਜ ਝੂਠ ਹਾਰ ਗਿਆ ਔਰ ਸੱਚ ਜਿੱਤ ਗਿਆ। ਦੇਖੋ, ਜਿਹੜਾ ਵੀ ਕੋਈ ਵਿਅਕਤੀ ਪਾਰਟੀਆਂ ਨੂੰ ਧੋਖਾ ਦਿੰਦਾ ਗਾ ਜਾਂ ਇਲਾਕੇ ਨੂੰ ਧੋਖਾ ਦਿੰਦਾ ਗਾ, ਇਲਾਕੇ ਦੇ ਲੋਕ ਉਹਨੂੰ ਸਬਕ ਸਿਖਾਉਂਦੇ ਨੇ। ਅੱਜ ਉਹ ਸਬਕ ਜਿਹੜਾ ਸਿਖਾਇਆ ਗਾ, ਪਹਿਲਾਂ ਉਹ ਸੀਟ ਅਸੀਂ 5000 'ਤੇ ਜਿੱਤੀ ਸੀ, ਹੁਣ ਮੈਂ ਸਮਝਦਾ ਅਸੀਂ 50000 'ਤੇ ਜਿੱਤਣ ਜਾ ਰਹੇ ਹਾਂਗੇ। ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਇੱਕ ਵੱਡਾ ਹੁੰਗਾਰਾ ਜਿਹੜਾ ਹੈਗਾ ਉਹ ਮਿਲਿਆ ਸੀ ਪੰਜਾਬ ਦੇ ਵਿੱਚ, ਪਰੰਤੂ ਹੁਣ ਬਾਏ ਪੋਲ ਦੇ ਵਿੱਚ ਇੱਕ ਟਰਨ ਆਇਆ, ਇਸ ਟਰਨ ਨੂੰ ਕਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਫੇਵਰ ਦੇ ਵਿੱਚ? ਦੇਖੋ, ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਲਈ ਹੋ ਰਹੀਆਂ ਸੀਗੀਆਂ, ਇਹ ਚੋਣਾਂ ਨਰੋਲ ਪੰਜਾਬ ਦੀਆਂ ਸੀਗੀਆਂ। ਔਰ ਅੱਜ ਇਹਨਾਂ ਚੋਣਾਂ 'ਚ ਇਹ ਦਰਸਾਤਾ ਪੰਜਾਬ ਦੇ ਲੋਕਾਂ ਨੇ ਕਿ ਪੰਜਾਬ ਦੇ ਲੋਕ ਅੱਜ ਵੀ ਚਟਾਨ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਨੇ, ਅਰਵਿੰਦ ਕੇਜਰੀਵਾਲ ਜੀ ਦੇ ਨਾਲ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਨੇ। ਬਹੁਤ ਬਹੁਤ ਸ਼ੁਕਰੀਆ। ਵਿੱਤ ਮੰਤਰੀ ਹਰਪਾਲ ਚੀਮਾ ਸਾਡੇ ਨਾਲ ਗੱਲ ਕਰ ਰਹੇ ਸਨ ਅਤੇ ਇਹਨਾਂ ਨੇ ਕਿਹਾ ਕਿ ਪਾਰਟੀ ਦੇ ਕੰਮਾਂ ਦੀ ਜਿੱਤ ਹੋਈ ਹੈ। ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦੀਵਾਨ, ਇੰਡੀਆ ਨਿਊਜ਼, ਚੰਡੀਗੜ੍ਹ।